ਅਜਨਾਲਾ ਦੇ BDPO ਦਫ਼ਤਰ ਵਿਖੇ ਪੰਚਾਇਤ ਸਮਿਤੀ ਦੇ ਕਰਮਚਾਰੀਆਂ ਵੱਲੋਂ ਪਿਛਲੇ 5 ਮਹੀਨਿਆਂ ਤੋਂ ਆਪਣੀਆਂ ਤਨਖਾਹਾਂ ਨਾ ਜਾਰੀ ਹੋਣ ਕਰਕੇ ਸਮੂਹ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸਾਡੀਆਂ ਟਾਈਮ ਸਿਰ ਤਨਖਾਹਾਂ ਨਹੀਂ ਮਿਲਦੀਆਂ ਜੀ ਸਾਨੂੰ, ਹਾਂਜੀ ਸਾਨੂੰ ਚਾਹੀਦੀ ਪਹਿਲੀ ਦੀ ਪਹਿਲੀ ਤਨਖਾਹ ਮਿਲਣੀ, ਇੱਕ ਸਾਡੀਆਂ ਤਨਖਾਹਾਂ ਖਜ਼ਾਨੇ ਦੇ ਵਿੱਚ ਕਰਨੀਆਂ ਚਾਹੀਦੀਆਂ ਸਰਕਾਰ ਨੂੰ। ਇਸੇ ਤਰ੍ਹਾਂ ਧਰਨੇ 'ਤੇ ਬੈਠੇ ਰਹਾਂਗੇ ਜੀ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੰਮਤੀ ਮੁਲਾਜ਼ਮ ਹੈ ਸਾਰੇ, ਸਾਡੇ ਸੰਮਤੀ ਮੁਲਾਜ਼ਮਾਂ ਨਾਲ ਸਰਕਾਰ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਆ। ਸਾਡੀਆਂ ਤਨਖਾਹਾਂ ਜੋ ਅੱਜ ਤੋਂ ਕੋਈ 7-8 ਮਹੀਨੇ ਪਹਿਲਾਂ ਬਲਾਕ ਪਈਆਂ ਨੇ, ਕਈਆਂ ਬਲਾਕਾਂ ਦੀਆਂ ਸਾਲ ਹੋ ਗਈਆਂ ਤਨਖਾਹਾਂ ਨਹੀਂ ਮਿਲ ਰਹੀਆਂ। ਸਾਰੇ ਮੁਲਾਜ਼ਮ ਭਰਾ ਆਪਣੇ ਨਿੱਜੀ ਲੋੜਾਂ ਨੂੰ ਸੰਕੋਚ ਕਰਕੇ, ਪਤਾ ਨਹੀਂ ਕੋਈ ਲੋਨ ਲੈ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਆਪਣਾ ਗਹਿਣਾ ਵੇਚ ਰਿਹਾ, ਆਪਣੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਆ। ਦੂਸਰਾ, ਸਾਡੇ ਪੰਚਾਇਤ ਸਕੱਤਰ ਨਾਲ ਜੋ ਵੀ ਸਰਕਾਰ ਸਲੂਕ ਕਰਦੀ ਆ, ਸਾਡੇ ਜੋ ਸਕੱਤਰ ਨੇ ਭਰਤੀ ਪੰਚਾਇਤ ਸਕੱਤਰ ਹੁੰਦੇ ਨੇ ਅਤੇ ਰਿਟਾਇਰ ਵੀ ਪੰਚਾਇਤ ਸਕੱਤਰ ਹੀ ਹੋ ਜਾਂਦੇ ਆ। ਮੈਂ ਇਹ ਕਹਿਣਾ ਚਾਹੁੰਦਾ ਵੀ ਅੱਜ ਅਸੀਂ ਪੰਚਾਇਤ ਸਕੱਤਰ ਸਾਰੇ ਬਲਾਕ ਅਜਨਾਲੇ ਦੇ ਇਕੱਠੇ ਹੋਏ ਹਾਂ ਕਿ ਇਸ ਸਿਲਸਿਲੇ 'ਚ ਕਿ ਸਾਡੀਆਂ ਤਨਖਾਹਾਂ ਜਿਹੜੀਆਂ ਉਹ ਪ੍ਰੋਪਰ ਸਾਨੂੰ ਨਹੀਂ ਮਿਲ ਰਹੀਆਂ। ਅਸੀਂ ਚਾਹੁੰਦੇ ਕਿ ਸਾਡੀਆਂ ਤਨਖਾਹਾਂ ਜਿੱਦਾਂ ਆਮ ਸਰਕਾਰੀ ਬੰਦੇ ਦੇ ਖਜ਼ਾਨੇ 'ਚ ਆਉਂਦੀਆਂ ਸਾਡੀਆਂ ਵੀ ਖਜ਼ਾਨੇ 'ਚ ਕੀਤੀਆਂ ਜਾਣ। ਬਾਕੀ ਇਹ ਹੈ ਵੀ ਸਾਡੀ ਜਿਹੜੀ ਤਰੱਕੀ ਆ ਉਹ ਵੀ ਸਾਡੀ ਹੋਣੀ ਚਾਹੀਦੀ ਆ, ਕਿਉਂਕਿ ਅਸੀਂ ਇੱਕ ਪੰਚਾਇਤ ਸਕੱਤਰ ਹੀ ਰਿਟਾਇਰ ਹੋ ਜਾਂਦੇ ਹਾਂ, ਜਿਸ ਕਰਕੇ ਕਈਆਂ ਦੇ ਰਿਸ਼ਤੇ ਜਿਹੜੇ ਆ ਗੁਣਮਾ ਕਰਮਾਈ ਵਿੱਚ ਵੀ ਹੁੰਦੇ ਆ, ਉਹ ਵੀ ਪੁੱਛਦੇ ਆ ਵੀ ਮੁੰਡਾ ਕੀ ਕਰਦਾ ਹੈ। ਜਿੱਦਾਂ ਕਿ ਨਵੀਂ ਭਰਤੀ ਸ਼ੁਰੂ ਹੋਈ ਆ, ਨਵੇਂ ਬੱਚੇ ਆਉਂਦੇ ਆ, ਉਹ ਵੀ ਪੁੱਛਦੇ ਵੀ ਮੁੰਡਾ ਕੀ ਕਰਦਾ ਜੀ ਪੰਚਾਇਤ ਸਕੱਤਰ ਆ, ਅਤੇ ਕਈ ਵਾਰੀ ਇਹ ਵੀ ਸਵਾਲ ਕਰ ਦਿੱਤਾ ਜਾਂਦਾ ਵੀ ਅੱਗੋਂ ਕੀ ਇਹਦੀ ਆ। ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਰਕਾਰ ਜਿਹੜੀ ਤਰੱਕੀ ਹੈ ਚੈਨਲ ਜਿਹੜਾ ਸ਼ੁਰੂ ਕਰੇ। ਇਸ ਸੰਬੰਧੀ ਵੀਡੀਓ ਜ਼ਬਾਨ ਨੂੰ ਕਿਹਾ ਗਿਆ ਸੀ, ਉਹਨਾਂ ਨੇ ਆਲਰੇਡੀ ਆਪਣੇ ਸੀਨੀਅਰ ਆਫਿਸਰਸ ਨੂੰ ਡਿਪਾਰਟਮੈਂਟ 'ਚ ਲਿਖਿਆ ਅਤੇ ਬਜਟ ਆਦਿ ਦੀ ਮੰਗ ਵੀ ਕੀਤੀ ਆ। ਕੁਛ ਸਮੇਂ ਦੀ ਪ੍ਰੋਬਲਮ ਜਿਹੜੀ ਆਈ ਉਹ ਇਸ ਲਈ ਆ ਰਹੀ ਹੈ ਕਿ ਸ਼ਾਇਦ ਇਹਨਾਂ ਦਾ ਕੋਈ ਯੂਟੀਲਾਈਜੇਸ਼ਨ ਸਰਟੀਫਿਕੇਟ ਵਗੈਰਾ ਦਾ ਸੀ, ਉਹ ਆਸ ਹੈ ਕਿ ਜਲਦੀ ਇਹਨਾਂ ਤੋਂ ਨਿਬੇੜ ਕੇ ਅਤੇ ਮੰਗਵਾ ਲਿਆ ਜਾਏਗਾ ਤਾਂ ਕਿ ਕਿਸੇ ਮੁਲਾਜ਼ਮ ਨੂੰ ਕੋਈ ਜ਼ਿਆਦਾ ਔਕੜ ਨਾ ਆ ਸਕੇ।